ਆਪਿਆ ਜੀ ਚਿੱਠਾ ਸਾਰਾ ਇਨਵੈਸਟਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਇਨਵੈਸਟਰ ਆਏ ਨੇ ਕਿੰਨੇ ਪੈਸੇ ਇਨਵੈਸਟ ਕਰ ਰਹੇ ਨੇ ਤੇ ਉਹ ਕਿੰਨੀਆਂ ਨੌਕਰੀਆਂ ਦੇਣਗੇ ਇਹਦੇ ਵਿੱਚ ਜਿਵੇਂ ਟੋਪ ਤੋਂ ਪੜਦਾ ਦੱਸ ਟਾਟਾ ਸਟੀਲ ਲੁਧਿਆਣੇ ਆ ਰਹੀ ਹੈ ਜੀ ਉਲਾਇ ਸਟੀਲ ਐਂਡ ਸਟੀਲ ਇਹਨਾਂ ਦਾ ਸੈਕਟਰ ਨੇਮ ਹੈ ਇਹ 2600 ਕਰੋੜ ਰੁਪਏ ਇਨਵੈਸਟ ਕਰਨਗੇ ਜੀ ਜਿਹਦੇ ਨਾਲ 2500 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਜੀ। ਦੈਨ ਕਲੇਰ ਵਾਲੇ ਨੇ ਜੀ ਬਾਇਓ ਫਾਰਮਾਕੇਮ ਜੀ ਇਹਨਾਂ ਦਾ ਕਲੇਰ ਬਾਇਓ ਫਾਰਮਾਕੇਮ। ਅੰਮ੍ਰਿਤਸਰ ਚਾਰੇ ਨੇ ਸਰ। ਇਹ ਰੀਅਲ ਏਸਟੇਟ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਚ ਹੈ। ਇਹ 2351 ਜਿਹੜੇ ਕਰੋੜ ਰੁਪਏ ਖਰਚ ਕਰ ਰਹੇ ਨੇ 78000 ਬੀ ਨੌਕਰੀਆਂ ਦੇਣਗੇ ਜੀ। ਇਹ ਲਿਖਿਆ ਹੋਇਆ ਹੈ ਜੀ ਸਨਾਤਨ ਪੋਲੀਟੈਕ ਹੈ ਜੀ ਸਨਾਤਨ ਪੋਲੀਕਾਟ ਇੱਕ ਟੈਕਸਾਈਲ ਕੰਪਨੀ ਹੈ ਫਤੇਗੜ ਸਾਹਿਬ ਜਿੱਥੇ ਅ ਫਤੇਗੜ ਸਾਹਿਬ ਤੇ ਸਰਹੰਦ ਦੇ ਵਿਚਾਲੇ ਜਿੱਥੇ ਇੱਕ ਫੂਡ ਪਲਾਜ਼ਾ ਬਣਿਆ ਹੋਇਆ ਹੈ ਮੈਕਡੋਨਲਡ ਵਗੈਰਾ ਉਹਦੇ ਬੈਕ ਸਾਈਡ ਤੇ ਉਹਨਾਂ ਨੇ ਜ਼ਮੀਨ ਲਈ ਹੈ 1600 ਕਰੋੜ ਰੁਪਏ ਇਨਵੈਸਟ ਕਰਨਗੇ 2900 ਬੰਦਿਆਂ ਨੂੰ ਨੌਕਰੀ ਮਿਲੂਗੀ ਜੀ ਇੱਥੇ ਹੋਰੀਜ਼ਨ ਇਨਫਰਾਸਟ੍ਰਕਚਰ ਇੱਥੇ ਫਰੇਡਨਬਰਗ ਆ ਗਿਆ ਜੀ ਜਿਹੜੇ ਕਾਰਾਂ ਦੇ ਸੈਂਸਰ ਬਣਾਉਂਦੇ ਆ ਲੇਟੈਸਟ ਕਾਰਾਂ ਦੇ ਮੋਰਿੰਡੇ ਕਲਾਸ ਦੇ ਨਾਲ ਹੈ ਮੈਂ ਕਹਾਂ ਤਾਂ ਮੈਂ ਹਾਊਸ ਦੇ ਟੇਬਲ ਤੇ ਮੈਂ ਜਮਾ ਕਰਾ ਸਕਦਾ ਜਿਹੜੇ ਪੁੱਛਦੇ ਨੇ ਉਹ ਐਨਕਾ ਲਾ ਕੇ ਜਾਂ ਐਨਕਾ ਦਾ ਨੰਬਰ-ਨੰਬਰ ਵਧਾ ਕੇ ਡਾਕਟਰ ਤੋਂ ਇਹ ਵੜ ਲੈਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਿਰਫ ਇਨ੍ਹਾਂ ਵਾਂਗੂ ਕੱਲੀਆਂ ਖਜੂਰਾਂ ਦੇ ਪੀੜ ਲਾ ਕੇ ਇਨਵੈਸਟਮੈਂਟ ਸਬਮਿਟ ਨਹੀਂ ਕਰਾਉਂਦੇ ਅਸੀਂ ਇੱਥੇ ਲੈ ਕੇ ਆਉਂਦੇ ਆ ਅਸਲੀ ਗੱਲ ਕਰਦੇ ਆ ਜੋ ਧਰਤੀ ਤੇ ਗੱਲ ਹੈ ਝੂਠ ਨਹੀਂ ਬੋਲਦੇ ਅਸੀਂ